ਧਰੂ ਫਿਲਮ ਪ੍ਰੋਡਕਸ਼ਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਪਈ ਸਤਿ ਸ਼ਕਾਲ ਮੈਂ ਹਾਂ ਅਜਸਪ੍ਰੀ ਤਿਆਜਾ ਸੀ ਰੂਬਰੂ ਕਰਨ ਜਾ ਰਹੇ ਇੱਕ ਖਾਸ ਮਹਿਮਾਨ ਸਿਮਰਨਿਤ ਸਿੰਘ ਨੂੰ ਜੋ ਕਿ ਵਾਈਸ ਆਫ ਪੰਜਾਬ ਦੇ ਫਸਟ ਰਨਰ ਅਪ ਰਹਿ ਚੁੱਕੇ ਨੇ ਅੱਜ ਉਹ ਧਰੂ ਫਿਲਮ ਪ੍ਰੋਡਕਸ਼ਨ ਦੇ ਵੇੜੇ ਆਏ ਤੇ ਉਹਨਾਂ ਨੇ ਖਾਸ ਗੱਲਬਾਤ ਕੀਤੀ ਆਓ ਸੁਣਦੇ ਹਾਂ ਉਹਨਾਂ ਨੇ ਕੀ ਕਿਹਾ ਖਾਸ ਗੱਲਬਾਤ ਕਰ ਰਹੇ ਹਾਂ ਪਧਰੂ ਫਿਲਮ ਪ੍ਰੋਡਕਸ਼ਨ ਵੱਲੋਂ ਇੱਕ ਪਰਜੇਵੇ ਕੀ ਗੀਤਾਂ ਦਾ ਪ੍ਰੋਜੈਕਟ ਕੀਤਾ ਜਾ ਰਿਹਾ ਉਹਦੇ ਵਾਸਤੇ ਅੱਜ ਸਿਮਰਨ ਜੀ ਨਾਲ ਇੱਕ ਖਾਸ ਗੱਲਬਾਤ ਹੋ ਰਹੀ ਪੀਟੀ ਸੀਰੀਜ਼ ਦੇ ਮਿਲ ਰਹੇ ਇਸ ਤੋਂ ਇਲਾਵਾ ਸਟਾਫ ਪਲੱਸ ਦੇ ਪ੍ਰੋਜੈਕਟਾਂ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਵਰਕ ਕੀਤਾ ਗੱਲਬਾਤ ਕਰ ਰਹੇ ਹਾਂ ਕਿਵੇਂ ਦਾ ਐਕਸਪੀਰੀਅੰਸ ਰਿਹਾ ਔਰ ਅੱਜ ਅਮਰਸਾਹਰ ਆਉਣਾ ਕਿਵੇਂ ਮਹਿਸੂਸ ਹੋਇਆ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਪਹਿਲੀ ਗੱਲ ਬਹੁਤ ਵਧੀਆ ਲੱਗਿਆ ਸੋ ਤੁਹਾਡੇ ਪ੍ਰੋਡਕਕਸ਼ਨ ਹਾਊਸ ਪਧਰੂ ਫਿਲਮ ਪ੍ਰੋਡਕਸ਼ਨ ਦੇ ਆਫਿਸਾਂ ਜਾ ਕੇ ਬ ਕਾਫੀ ਟਾਈਮ ਤੋਂ ਆਪਾਂ ਫੋਨ ਤੇ ਗੱਲਬਾਤ ਸਾਡੀ ਹੋ ਰਹੀ ਸੀ ਸੋ ਅੱਜ ਫਾਈਨਲੀ ਆਫਿਸ ਆਪਾਂ ਪਹੁੰਚੇ ਆ ਤੇ ਮੈਂ ایکسپੀਰੀਅੰਸ ਆਪਣਾ ਸ਼ੇਅਰ ਕਰ ਰਿਹਾ ਕਿ ਜਦੋਂ 2015 ਦੇ ਵਿੱਚ ਪੀਡੀਸੀ ਪੰਜਾਬੀ ਰਨਰ ਸੈਕੰਡ ਰਨਰ ਬਣ ਚੁੱਕੇ ਆ ਸੋ ਉਸ ਟਾਈਮ ਤੇ ਬਹੁਤ ਵਧੀਆ ਫੀਲ ਹੋਇਆ ਸੀ ਕਿਉਂਕਿ ਮੈਂ ਮੇਰੇ ਜ਼ਿਲ੍ਹੇ ਨੂੰ ਆਪਣੇ ਨੂੰ ਰਿਪਰੈਜ਼ੈਂਟ ਕੀਤਾ ਸੀਗਾ ਤੇ ਮਕੇਰੀਆ ਤੋਂ ਬਿਲੋਂਗ ਕਰਦਾ ਸੀ ਉਸ ਟਾਈਮ ਮੈਂ ਉਸ ਟਾਈਮ ਦੇ ਉੱਤੇ ਮਤਲਬ ਮੇਰੇ ਲਈ ਇੱਕ ਬਹੁਤ ਵੱਡੀ ਗੱਲ ਸੀ ਤੇ ਕਿਉਂਕਿ ਆਪਾਂ ਇਹ ਪ੍ਰੋਗਰਾਮ ਜਿਹੜਾ ਆ ਘਰ ਬੈਠ ਕੇ ਇੱਕ ਨਾਰਮਲ ਬੰਦੇ ਦੀ ਤਰ੍ਹਾਂ ਦੇਖਦੇ ਸੀ ਸੋ ਪਾਰਟਿਸਿਪੇਟ ਕਰਨਾ ਫਿਰ ਉਹਦੇ ਵਿੱਚ ਸੈਕੰਡ ਰਾਨਰ ਬ੍ਰਹਿਣਾ ਸੋ ਕਿਤੇ ਨਾ ਕਿਤੇ ਬਹੁਤ ਅੱਛਾ ਉਸ ਤੋਂ ਬਾਅਦ ਬਹੁਤ ਸਾਰੀਆਂ ਹੋਰ ਵੀ ਮੈਨੂੰ ਓਪਰਚ्युनिटीਜ਼ ਮਿਲੀਆਂ ਕਈ ਸਾਰੇ ਮੇਰੇ ਸੌਂਗਸ ਆਏ ਕਈ ਸਾਰੇ ਵੈਬ ਸੀਰੀਜ਼ ਦੇ ਵਿੱਚ ਮੇਰੇ ਗਾਣੇ ਵਗੈਰਾ ਤੇ ਹੁਣ ਹਾਲੀ ਵਿੱਚ 2019 ਦੇ ਵਿੱਚ ਸਟਾਰ ਪਲੱਸ ਦਾ ਵੌਇਸ ਚ ਮੈਨੂੰ ਪਰਫਾਰਮ ਕਰਨ ਦਾ ਮੌਕਾ ਮਿਲਿਆ ਸੀ ਸੋ ਉਹਦੇ ਵਿੱਚ ਮੈਂ ਟੌਪ 13 ਦਾ ਕਰਿਆ ਸੀ ਸੋ ਬੜੀ ਵੱਡੀ ਸਟਾਰ ਕਾਸਟ ਸੀ ਉਹਨ ਕਨਿਕਾ ਕਪੂਰ, ਅਰਮਾਨ ਮਾਲਿਕ ਸੋ ਹੋਰ ਵੀ ਬਹੁਤ ਸਾਰੇ ਮਤਲਬ ਜਿਹੜੇ ਫਿਲਮੀ ਸtare ਸੀ ਉਹਨਾਂ ਨਾਲ ਉੱਥੇ ਡੇਲੀ ਮੁਲਾਕਾਤ ਹੁੰਦੀ ਸੀ। ਤੋ ਕਿਤੇ ਨਾ ਕਿਤੇ ਬੜਾ ਅੱਛਾ ਐਕਸਪੀਰੀਅੰਸ ਰਹਾ ਟੋਟਲੀ ਬਹੁਤ ਵਧੀਆ ਤੇ ਅੱਜ ਬੜਾ ਬਹੁਤ ਅੱਛਾ ਲੱਗ ਰਿਹਾ ਸਪੈਸ਼ਲੀ ਤੁਹਾਡੇ ਨਾਲ ਮਿਲ ਕੇ ਤੇ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਜਿਸ ਤਰ੍ਹਾਂ ਕੀ ਅਜੇ ਅੰਮ੍ਰਿਤਸਰ ਆਇਆ ਗੁਰੂ ਨਗਰੀ ਅੰਮ੍ਰਿਤਸਰ ਜਿਸ ਤਾਂ ਕੀ ਪੂਰੇ ਵਰਲਡ ਵਿੱਚ ਫੇਮਸ ਆ ਤੇ ਜਿਸ ਤਰ੍ਹਾਂ ਇੱਕ ਜਿਸ ਤਰ੍ਹਾਂ ਗਾਣਿਆਂ ਦੇ ਜੋ ਨਵਾਂ ਪ੍ਰੋਜੈਕਟ ਜੋ ਅੰਮ੍ਰਿਤਸਰ ਤੋਂ ਸ਼ੁਰੂ ਕਰਨ ਜਾ ਰਹੇ ਆ ਤੇ ਉਸ ਵਾਸਤੇ ਜਿਸ ਤਰ੍ਹਾਂ ਕੀ ਤੁਸੀਂ ਇੱਕ ਗਾਇਕੀ ਦਾ ਸਫ਼ਰ ਆਪ ਦਾ ਬਹੁਤ ਵਧੀਆ ਰਿਆ ਔਰ ਇੱਕ ਪੰਗਾਣਾ ਕਹਿੰਦੇ ਕੀ ਤੁਸੀਂ ਉਸ ਦੇ ਵਿੱਚ ਕੋਈ ਇੱਕ ਸਾਂਝਾ ਕਰਦੇ ਹੋ ਜੀ ਜ਼ਰੂਰ ਜੀ ਜ਼ਰੂਰ ਸੋ ਮੈਂ ਆਪਣੇ ਗਾਣਿਆਂ ਦੇ ਵਿੱਚੋਂ ਹੀ ਇੱਕ ਗਾਣਾ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਸੋ ਮੇਰਾ ਇੱਕ ਗੀਤ ਬੀਟ ਬੀਟ ਸੁਣਾ ਦੇ ਇੱਕ ਰੋਮਾਂਟਿਕ ਕੁਝ ਰੋਮਾਂਟਿਕ ਹੋ ਜਾਏ ਠੀਕ ਹੈ ਸੋ ਮੈਂ ਚਲੋ ਤੁਹਾਨੂੰ ਇੱਕ ਗਾਣਾ ਸੁਣਾ ਦਿੰਨਾ ਪਿੱਛੇ ਜਿ ਮੇਰਾ ਗਾਣਾ ਆਇਆ ਸੀ ਵੈਡਿੰਗ ਤੇ ਬਹੁਤ ਅੱਛਾ ਗਾਣਾ ਸੋ ਇਸ ਦਾ ਗਾਣੇ ਦਾ ਵੀਡੀਓ ਨਹੀਂ ਅਪਾ ਅਜੇ ਤੱਕ ਕੀਤਾ ਸੋ ਆਡੀਓ ਰਿਲੀਜ਼ ਹੋਇਆ ਸੀ ਚਰਚੇ ਵੀ ਹੋ ਗਏ ਪੂਰੇ ਖਰਚੇ ਵੀ ਹੋ ਗਏ ਪੂਰੇ ਪਰ ਚਾ ਵੀ ਨੇ ਪੂਰੇ ਹੋਗੇ ਦਿਲ ਦੇ ਇਟਲੀ ਤੋਂ ਲੈ ਕੇ ਇੰਗਲੈਂਡ ਤੱਕ ਸੋਨੇ ਆਗੇ ਸਭ ਦਿੰਦੇ ਨੇ ਵਿਦਾਇਆਂ ਤੋਹਫੇ ਮਿਲਦੇ ਐਲੇ ਵਾਲੇ ਕਹਿੰਦੇ ਦੇਣੀ ਪਾ ਲੇ ਵਾਲੇ ਕਹਿੰਦੇ ਦੇਣੀ ਪਾਰਟੀ ਗ੍ਰੈਂਡ ਥੋੜੀ ਜੋੜੀ ਬੜੀ ਬਣੀ ਐ ਕਮਾਲ ਪਾਗਾਂ ਵਾਲੀ ਐਨੀ ਸੱਚੀ ਪਾਗ ਲੱਗ ਗਿਆ ਸਾਡੀ ਲੱਗੀ ਅਜਦੋਂ ਦੀ ਤੇਰੇ ਨਾਲ ਪਾਗਾਂ ਵਾਲੀ ਐਨੀ ਸੱਚੀ ਪਾਗ ਲੱਗ ਗਿਆ ਸਾਡੀ ਲੱਗੀ ਅਜਦੋਂ ਦੀ ਤੇਰੇ ਨਾਲ ਅੱਜ ਭਾਜੀ ਸਾਡੇ ਦਫ਼ਤਰ ਨੂੰ ਹੀ ਪਾਗ ਲੱਗਿਆ ਕਿ ਤੁਸੀਂ ਅੱਜ ਸਾਡੇ ਦਫ਼ਤਰ ਆਏ ਹੋ ਹੋਰ ਬਹੁਤ ਵਧੀਆ ਕਿ ਹਨਾ ਇਹ سلسلہ ਔਰ ਤਿਸਰਾ ਇੱਕ ਹੋਈ ਨਾ ਬੀਤੇ ਸਮੇਂ ਜਦੋਂ ਸਾਡੀ ਗੱਲਬਾਤ ਚੱਲਦੀ ਸੁਖਵਿੰਦਰ ਭਾਈ ਦਾ ਗਾਣਾ ਭੇਜਿਆ ਸੀ ਉਹ ਵੀ ਅਮਰਸਰ ਤੋਂ ਆ ਕਿਹੜਾ ਕਿਤੇ ਉਹਨਾਂ ਨੂੰ ਵੀ ਆਪਾਂ ਯਾਦ ਕਰੀ ਜੀ ਤਾਂ ਕਿ ਲਾਈਵ ਹੀ ਨਾ ਗਈ ਬੜੀ ਵਧੀਆ ਤੁਸੀਂ ਉਹਨਾਂ ਦੀ ਹਰਕਤ ਜੋ ਕਿ ਉਹਨਾਂ ਨੇ ਗੀਤ ਚ ਚਲਾਉਂਦੇ ਆ ਤੇ ਜਿਤਾ ਸ਼ਿਵਕੁਮਾਰ ਬਟਾਲੀ ਵੀ ਬੋਲਿਆ ਬਹੁਤ ਵਧੀਆ ਹਨਾ ਤੇ ਜਾਂਦੇ ਹੋ ਇੱਕ ਆਪਾਂ ਕਹਿੰਦੇ ਪਿੱਛੇ ਤਾਂ ਪ੍ਰੋਗਰਾਮ ਦਰਸ਼ਕਾਂ ਨੇ ਇੱਕ ਸੁਖਵਿੰਦਰ ਜੀ ਦਾ ਗਾਣਾ ਲਾਈਵ ਹੀ ਨਾ ਜੀ 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 ਜ਼ਰੂਰ ਜੀ ਜ਼ਰੂਰ ਮੇ ਸੋ ਉਹਨਾਂ ਦਾ ਗਾਣਾ ਤੁਹਾਡੀ ਨਜ਼ਰ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਹਉ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਮੇਰੇ ਮਰਦ ਦਾ ਜਹਾਨ ਮੈਨੂੰ ਸਾਰਾ ਤੇਰੀ ਮੇਰੀਆਂ ਟੁੱਟ ਗਈ ਸੋਣੀਏ ਹੋ ਜਿਵੇਂ ਟੁੱਟਿਆ ਅਬਰ ਤੋਂ ਤਾਰਾ ਤੇਰੀ ਮੇਰੀਆਂ ਟੁੱਟ ਗਈ ਸੋਣੀਏ ਹੋ ਜਿਵੇਂ ਟੁੱਟਿਆ ਅਬਰ ਤੋਂ ਤਾਰਾ ਕਰਨਾ ਕਰੇ ਕਿ ਜਿੰਨਾਂ ਦੇ ਵੀ ਜਿਦਾਂ ਦਿਲ ਟੁੱਟੇ ਹੋਣਾ ਜੁੜਨ ਔਰ ਉਹਨਾਂ ਨੂੰ ਜੀਵਨ ਸਾਥੀ ਵਧੀਆ ਮਿਲ ਤੇ ਜਿਤਨਾ ਕੀ ਆਉਣ ਵਾਲਾ ਸਮਾਂ ਸਾਰੇ ਵਾਸਤੇ ਬਿਹਤਰ ਹੋ ਜੀ ਥੈਂਕ ਯੂ ਸੋ ਮਚ ਜੀ ਤੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਤੁਹਾਡਾ ਸੋ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਮਿਲ ਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਾਇਰ ਮੇਰ ਕਰੇ